ਏ ਮੇਰੇ ਫਲੈਟ ਤੋਂ ਬਾਹਰ ਦਾ ਨਜ਼ਾਰਾ ਬਾਰਮੀ ਪੈ ਰਿਹਾ ਹੈ ਬਦਲ ਨੇ ਐ ਮੈਂ ਕਹਤ ਹਾਂ ਲੋ ਤੁਹਾਨੂੰ ਅੱਜ ਆਪਣੇ ਘਰ ਦੇ ਅੰਦਰ ਦਾ ਵੀ ਕੋਈ ਦਿਖਾ ਦਵਾਂ ਜਿੱਥੇ ਮੇਰਾ ਬਹੁਤਾ ਟਾਈਮ ਅੱਜ ਕੱਲ ਲੰਘਦਾ ਹੈ ਹਾਂਜੀ ਸੋ ਮੇਰੀਆਂ ਕਿਤਾਬਾਂ ਮੇਰਾ 뮤직 ਹਾਂਜੀ ਮੇਰਾ ਕੁੱਤੇ ਬਾਬਾ ਜੀ ਕੁੱਤੇ ਬਾਬਾ ਸੋ ਇਸ ਥਾਂ ਤੋਂ ਅੱਜ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਜੀ ਸੋ ਕੱਲ ਮੈਂ ਪਤਣੀ ਬੋਲਰ ਲਗਿਆ ਇਹ ਕਹਿ ਗਿਆ ਕਿ ਤੀਜੀ ਵਾਰੀ ਮੁਲਾਕਾਤ ਹੋ ਰਹੀ ਹੈ ਪਰ ਉਹ ਅਸਲ ਚ ਤੀਵੀਂ ਵਾਰੀ ਸੀ ਅੱਜ 31ਵੀਂ ਵਾਰੀ ਹੈ ਤੇ ਕੁਝ ਹੋਰ ਦੋਸਤਾਂ ਨੇ ਵੀ ਨਾ ਬੜੀ ਜਿਨ੍ਹਾਂ ਦੀ ਤਿੱਖੀ ਨਜ਼ਰ ਹੈ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਕਹਿੰਦੇ ਜੀ ਸੁਰੇਜ ਜੀ ਤੁਸੀਂ ਰੋਜ਼ ਰੰਗ-ਬਰੰਗੀਆਂ ਕਮੀਜ਼ਾਂ ਪਾਦੇ ਰਹਿੰਦੇ ਹੋ ਕਦੇ ਕੋਈ ਕਦੇ ਕੋਈ ਕਦੇ ਕੋਈ ਉਹ ਮੈਂ ਕਿਹਾ ਹਾਂ ਉਹ ਕਰੋਨੇ ਦੇ ਦਿਨਾਂ 'ਚ ਹੁਣ ਇਹਨਾਂ ਚੀਜ਼ਾਂ ਨੂੰ ਅਲਮਾਰੀ 'ਚ ਟੰਗੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ ਤੇ ਘਰ ਵਿੱਚ ਹੀ ਉਹਨਾਂ ਨੂੰ ਬਦਲ-ਬਦਲ ਕੇ ਪਾਈਦਾ ਉਹ ਆਵਾਜ਼ਾਂ ਮਾਰਦੀਆਂ ਵਿਚਾਰੀਆਂ ਰਹਿ ਜਾਂਦੀਆਂ ਕਿ ਕੁਆਰੰਟੀਨ ਤੇ ਤੁਹਾਡੀ ਹੋਈ ਹੈ ਸਾਡੀ ਕਿਉਂ ਕੀਤੀ ਹੋਈ ਹੈ ਉਹਨਾਂ ਅਜੇ ਇਸ ਕੁੜਤੇ ਨੇ ਆਵਾਜ਼ ਮਾਰ ਲਈ ਕਿ ਮੈਂ ਮੈਨੂੰ 2 ਸਾਲ ਤੋਂ ਬਾਹਰ ਹੀ ਨਹੀਂ ਤੂੰ ਕਿਦੜੇ ਕੱਢਿਆ ਮੈਂ ਕਿਹਾ ਚੱਲ ਬਈ ਤੂੰ ਵੀ ਸਹੀ ਹਾਂਜੀ ਉਹ ਕਹਿੰਦੇ ਨੇ ਅੱਜ ਕੱਲ ਦੇ ਦਿਨਾਂ ਵਿੱਚ ਨਾ ਇਹ ਕੁਆਰੰਟਾਈਨ ਦੇ ਦਿਨਾਂ 'ਚ ਇਹ ਕਲਤਾ ਦੇ ਦਿਨਾਂ ਵਿੱਚ ਇਹ ਬੜਾ ਨਾਰਮਲ ਹੈ ਕਿ ਜੇ ਤੁਸੀਂ ਆਪਣੇ ਬੂਟਿਆਂ ਨਾਲ ਤੇ ਆਪਣੇ ਫਰਨੀਚਰ ਨਾਲ ਤੇ ਆਪਣੇ ਖਡੌਣਿਆਂ ਨਾਲ ਐਵੇਂ ਜਿਵੇਂ ਆਪਣੇ ਕੁੱਤੇ ਬਾਬਾ ਨਾਲ ਜਿਵੇਂ ਗੱਲਾਂ ਕਰਦਾ ਰਵਾਂ ਤੇ ਇਹ ਬੜਾ ਨਾਰਮਲ ਹੈ ਪ੍ਰੋਬਲਮ ਉਦੋਂ ਆਉਂਦੀ ਹੈ ਕਿ ਜੇ ਅੱਗੋਂ ਕੁੱਤਾ ਬਾਬਾ ਜਵਾਬ ਦੇਣਾ ਸ਼ੁਰੂ ਕਰ ਦਵੇ ਜਾਂ ਅੱਗੋਂ ਉਹ ਜਿਹੜਾ ਬੂਤਾ ਵੈ ਉਹ ਵੀ ਅੱਗੋਂ ਮੈਨੂੰ ਜਵਾਬ ਦੇਣਾ ਸ਼ੁਰੂ ਕਰ ਦੇ ਪ੍ਰੋਬਲਮ ਉਦੋਂ ਹੈ ਤੇ ਉਦੋਂ ਚੈੱਕ ਕਰਨ ਦੀ ਲੋੜ ਹੈ ਕਿ ਵੀ ਕੀ ਗੱਲ ਕਿੱਥੇ ਨੂੰ ਤੁਰੇ ਜਾਂਦੇ ਪਏ ਆ ਤੇ ٹرسٹ ਦੇ ਉੱਤੇ ਕੱਲ ਗੱਲ ਪੁੱਜੀ ਸੀ ਥੋੜੀ ਜੀ ਕਿ ਸਾਡੇ ਜਿਹੜੇ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੇ ਲਈ ਉਹਦਾ ਸਾਡੀ ਸਿਹਤ ਦੇ ਲਈ ਜੇ ਅਸੀਂ ਉਹਨੂੰ ਵਾਕਈ ਇਸਤੇਮਾਲ ਕਰਨਾ ਚਾਹੁੰਦੇ ਆ ਉਹਦੇ ਵਿੱਚ ਕਿਰਿਆਸ਼ੀਲ ਹੋਣਾ ਚਾਹੁੰਦੇ ਆ ਤੇ ਉਹਦੇ ਵਿੱਚ ਇੱਕ ਦੂਜੇ ਉੱਤੇ ਭਰੋਸੇ ਦਾ ਬਹੁਤ ਹੀ ਲੋੜੀਂਦਾ ਇੱਕ ਫੈਕਟਰ ਹੈ ਹਾਂਜੀ ਟਰਸਟ ਕਰਨਾ ਟਰਸਟ ਦਿੱਤੇ ਇਹੀ ਗੱਲ ਹੈ ਹੁਣੇ ਹੀ ਅੱਧਾ ਘੰਟਾ ਪਹਿਲੇ ਕਿਸੇ ਇੱਕ ਨਵੇਂ ਬਣੇ ਫੇਸਬੁੱਕ ਫਰੈਂਡ ਨੇ ਜਿਹੜੇ ਕਿ ਜਦੋਂ ਤੇ ਮੈਂ ਲੈਕਚਰ ਸ਼ੁਰੂ ਕੀਤੇ ਨੇ ਨਾ ਉਦੋਂ ਤੇ ਕਈ ਨਵੀਆਂ ਆ ਜਾਂਦੇ ਨੇ ਫ੍ਰੈਂਡਸ਼ਿਪ ਰਿਕਵੈਸਟ ਕਈਆਂ ਨੂੰ ਤਾਂ ਚੈੱਕ ਕਰਕੇ ਹਾਂ ਕਰੀਦੀ ਹੈ ਕਦੇ ਕਦੇ ਕਾਲੀ ਚੂਂਜ ਵੀ ਹਾਂ ਹੋ ਜਾਂਦੀ ਹੈ ਅੱਜ ਇੱਕ ਦਾ ਕਿਸੇ ਕੋਈ ਮਹੀਪਾਲ ਰੈਡੀ ਨਾਰਾ ਬੰਦਾ ਉਹਦਾ ਆ ਗਿਆ ਮੈਸੇਜ ਕਿ ਜੀ ਮੇਰੀ ਤੁਹਾਡੀ ਜਨਾਬ ਬੜੀ ਮਦਦ ਦੀ ਲੋੜ ਹੈ ਨਾਲ ਉਹਨੇ ਭੇਜੀ ਮੇਰੀ ਵੋਟੀ ਦਾ ਭਰਾ ਬੜਾ ਸੀਰੀਅਸ ਬਿਮਾਰ ਪਿਆ ਨਾਲ ਪਤਾ ਨਹੀਂ ਕਿਹੜੇ ਕਿਹੜੇ ਸਾਡੇ ਤੇ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਆਬਵੀਅਸ ਹੈ ਕਿ ਉਹਦੇ ਤੇ ਟਰਸਟ ਕਰਨਾ ਕਿੱਦਾਂ ਕਿ ਮੈਂ ਭੋਲਾ ਹੋ ਸਕਦਾ ਮੈਂ ਫਿਰ ਉਹਨੂੰ ਜਵਾਬ ਦਿੱਤਾ ਮੈਂ ਕਿ ਹਾਂ ਹਾਂ ਬਹੁਤ ਹੀ ਜ਼ਰੂਰੀ ਏ ਤੇ ਫਿਰ ਤੇਰੀ ਮਦਦ ਕਰਨੀ ਮੈਂ ਤੇਰੇ ਲਈ ਹੁਣੇ 2 ਲੱਖ ਹਜ਼ਾਰ ਕਰੋੜ ਰੁਪਈਆ ਜਿਹੜਾ ਵਾ ਉਹ ਭੇਜਿਆ ਟਰਾਂਸਫਰ ਕੀਤਾ ਤੇ ਉਹ ਜਾ ਕੇ ਬੋਧੀ ਜੀ ਕੋਲੋਂ ਜਾ ਕੇ ਕਲੈਕਟ ਕਰ ਲਓ ਹਾਂਜੀ हिम्मत मेरी भी नहीं कही के सीधा नाम ਲੈਣ ਦੀ ਕਿਉਂਕਿ ਅੱਜਕੱਲ ਦੇ ਦੁਨੀਆਂ ਚ ਹਰ ਚੀਜ਼ ਦੇ ਉੱਤੇ ਤੁਹਾਨੂੰ ਨੈਸ਼ਨਲ ਟ੍ਰੇਜੇ ਟ੍ਰੇਜੇ ਤੋਂ ਹੋ ਸਕਦਾ ਸੋ ਟਰਸਟ ਹੁੰਦਾ ਤੇ ਬੜਾ ਲੁੜਿੰਦਾ ਪਰ ਜ਼ਿੰਦਗੀ ਦੇ ਤਜਰਬੇ ਕਈ ਵਾਰ ਇਹੋ ਜਿਹੇ ਹੁੰਦੇ ਨੇ ਬਚਪਨ ਤੋਂ ਹੀ ਕਿ ਬਾਰ-ਬਾਰ ਤੁਹਾਡਾ ਵਿਸ਼ਵਾਸ ਤੁਹਾਡਾ ਭਰੋਸਾ ਤੁਹਾਡੇ ਮਾਪਿਓ ਨੇ ਤੁਹਾਡੇ ਆਲੇ-ਦੁਆਲੇ ਨੇ ਤੁਹਾਡੇ ਟੀਚਰਸ ਨੇ ਸਮਾਜ ਦੇ ਲੀਡਰਾਂ ਨੇ ਅਫਸਰਾਂ ਨੇ ਐਨੀ ਵਾਰੀ ਤੋੜਿਆ ਹੁੰਦਾ ਹੈ ਐਨੀ ਵਾਰੀ ਤੋੜਿਆ ਹੁੰਦਾ ਹੈ ਕਿ ਉਹ ਜਿਹੜਾ ਵਿਸ਼ਵਾਸ ਬਣਦਾ ਹੀ ਨਹੀਂ ਜਦ ਕਿ ਮਨੁੱਖੀ ਸਮਾਜ ਲਈ ਈਵੋਲੂਸ਼ਨ ਦੇ ਸ਼ੁਰੂ ਚ ਜਦੋਂ ਹਲੀ ਸਮਾਜ ਵੀ ਨਹੀਂ ਸੀ ਬਣਿਆ ਤੇ ਉਹਦੇ ਵਿੱਚ ਜਿਉਂ ਹੀ ਇੱਕ ਦੂਜੇ ਨਾਲ ਕੋਲਾਬੋਰੇਸ਼ਨ ਇੱਕ ਦੂਜੇ ਨਾਲ ਮੇਲ ਮਿਲਵਰਤਨ ਦੀ ਲੋੜ ਪਈ ਕਿ ਜਿੰਨੇ ਹੰਟਰ ਤੇ ਜਾਣਾ ਹੈ ਹੰਟਿੰਗ ਤੇ ਗੈਦਰਿੰਗ ਲਈ ਤੋਂ ਉਹਦੇ ਲਈ ਭਰੋਸਾ ਇੱਕ ਦੂਜੇ ਉੱਤੇ ਕਰਨਾ ਬੜਾ ਜ਼ਰੂਰੀ ਸੀ ਕਿ ਜੇ ਅੱਜ ਮੇਰੇ ਕੋਲੋਂ ਨਾ ਕੋਈ ਸ਼ਿਕਾਰ ਹੋਇਆ ਤੇ ਮੈਨੂੰ ਮੇਰਾ ਦੂਜਾ ਵੀ ਮੈਨੂੰ ਤੇ ਭਰੋਸਾ ਰੱਖਣਾ ਚਾਹੀਦਾ ਕਿ ਉਹ ਮੈਨੂੰ ਮਰਨ ਨਹੀਂ ਦੇਵੇਗਾ ਇੰਜ ਹੀ ਫਿਰ ਇਹ ਵੈਸੇ ਕਈ ਹੋਰ ਜਾਨਵਰਾਂ ਚ ਵੀ ਬਾਇਓਲੋਜੀ ਦੇ ਵਿੱਚ ਵੀ ਆਮ ਦੇਖਿਆ ਜਾਂਦਾ ਹੈ ਕਿ ਜਿਹੜੇ ਜਾਨਵਰ ਇੰਜ ਕਲੈਕਟਿਵ ਦੇ ਵਿੱਚ ਗਰੁੱਪਾਂ ਵਿੱਚ ਪਾਪੂਲੇਸ਼ਨ ਚ ਰਹਿੰਦੇ ਨੇ ਜਿਵੇਂ ਸ਼ਹਿਦ ਦੀਆਂ ਮੱਖੀਆਂ ਨੇ ਤੇ ਇੰਜ ਹੋਰ ਵੀ ਕਈ ਜਾਨਵਰ ਖਾਸ ਕਰਕੇ ਵੱਡੇ ਜਾਨਵਰਾਂ ਦੇ ਤੇ ਬਹੁਤ ਇਗਜ਼ੈਂਪਲ ਨੇ ਉਹਨਾਂ ਵਿੱਚ ਕਿਸੇ ਲੈਵਲ ਦਾ ਇੱਕ ਤੇ ਵਿਸ਼ਵਾਸ ਇੱਕ ਦੂਜੇ ਤੇ ਹੋਣਾ ਬੜਾ ਜ਼ਰੂਰੀ ਹੈ ਮੈਜੋਰਟੀ ਜਾਨਵਰ ਜਿਹੜੇ ਇਕੱਲੇ ਇਕੱਲੇ ਵਾਲੇ ਨੇ ਨਾ ਉੱਥੇ ਆਪੋ ਤਾਪੀ ਆ ਉਹ ਜੰਗਲ ਰਾਜ ਆ ਉਹ ਅਸਬਿਆ ਉਹ ਵਾ ਜਿਹਦੇ ਤੇ ਇੱਕ ਦੂਜੇ ਤੇ ਨਿਰਭੈ ਆ ਬਈ ਅਸੀਂ ਨਿਰਭਰ ਨਹੀਂ ਕਰ ਸਕਦੇ ਸੋ ਟਰਸਟ ਜਿਹੜਾ ਵਾ ਉਹ ਕਰਨਾ ਜ਼ਰੂਰੀ ਤੇ ਬਹੁਤ ਐ ਸਾਡੀ ਆਪਣੀ ਹੋਂਦ ਲਈ ਪਰ ਉਹ ਕਿਉਂਕਿ ਸਾਨੂੰ ਉਹਦੀ ਕੋਈ ਚੰਗੇ ਆਮ ਤੌਰ ਤੇ ਤਜਰਬੇ ਨਹੀਂ ਹੁੰਦੇ ਵੱਡੇ ਲੈਵਲ ਤੇ ਨਾ ਹੀ ਦਿਖ ਰਹੇ ਹੁੰਦੇ ਨੇ ਕਿ ਜਿਹੜੇ ਵਿਸ਼ਵਾਸ ਕਰਕੇ ਬਿਹੇਵ ਠੀਕ ਕਰਨ ਦੀ ਕੋਸ਼ਿਸ਼ ਲੋਕੀ ਕਰਦੇ ਨੇ ਕਿ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਇਵੋਲੂਸ਼ਨ ਦੇ ਵਿੱਚ ਜਿਹੜਾ ਵੈ ਜਿਹੜਾ ਥੋੜੇ ਸਮੇਂ ਚ ਲਈ ਤੇ ਇੱਕ ਜਾਨਵਰ ਆਪਣੇ ਗਰੁੱਪ ਦੇ ਬੰਦਿਆਂ ਨੂੰ ਥੋੜੀ ਦੇਰ ਲਈ ਧੋਖਾ ਦੇ ਸਕਦਾ ਪਰ ਬੜੀ ਛੇਤੀ ਉਹ ਫਿਰ ਐਲੀਮੀਨੇਟ ਹੋ ਜਾਂਦਾ ਪਰ ਸਾਡੇ ਸਮਾਜ ਜਿਉਂ ਜਿਉਂ ਕੰਪਲੈਕਸ ਹੋਏ ਨੇ ਜੋ ਜੋ ਵਧੇ ਨੇ ਉਹਦੇ ਵਿੱਚ ਸਾਡਾ ਇੱਕ ਦੂਜੇ ਤੇ ਨਾਲ ਕੋਲਾਬੋਰੇਸ਼ਨ ਤੇ ਵਧੀ ਹੈ ਪਰ ਉਹਦੇ ਚ ਜਿਹੜੇ ਫਰੀ ਰਾਈਡਰਸ ਨੇ ਨਾ ਜਿਹੜੇ ਸ਼ਾਰਟ ਟਰਮ ਬੇਸਿਸ ਦੇ ਉੱਤੇ ਬੜਾ ਜਲਦੀ ਫਾਇਦਾ ਉਠਾਉਂਦੇ ਨੇ ਤੇ ਉਹਦੇ ਨਾਲੋਂ ਸਾਨੂੰ ਕੋਈ ਲੱਗਦਾ ਵੀ ਨਹੀਂ ਕਿ ਉਹਨਾਂ ਨੂੰ ਉਹਦੀ ਕੋਈ ਕੀਮਤ ਦੇਣੀ ਪੈਂਦੀ ਹੈ ਉਹ ਸਭ ਮੋਜਾ ਮਾਣਦੇ ਲੱਗਦੇ ਨੇ ਤੇ ਉਹ ਸਾਡਾ ਕੋਈ ਇਨਸੈਂਟਿਵ ਹੀ ਨਹੀਂ ਰਹਿੰਦਾ ਕਿ ਕਿਸੇ ਦੂਜੇ ਦੇ ਉੱਤੇ ਵੀ ਟਰਸਟ ਕਰਨਾ ਜਦ ਕਿ ਹੈ ਇਹ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਇੱਕ ਬੜਾ ਹੀ ਵੱਡਾ ਗੁਣ ਹੁਣ ਪ੍ਰੋਬਲਮ ਇਹੀ ਆਂਦੀ ਹੈ ਕਿ ਜੇ ਸਾਨੂੰ ਇਨੇ ਮਾਰੇ ਤੇ ਜ਼ਰਬੇ ਹੋਏ ਹੋਣ ਬਚਪਨ ਤੋਂ ਲੈ ਕੇ ਉਮਰ ਦੇ ਸਾਰੇ ਪੜਾਵਾਂ ਦੇ ਵਿੱਚ بار بار ਲੈਟ ਡਾਊਨ ਹੋਏ ਹੋਈਏ بار بار ਸਾਡੇ ਨਾਲ ਕੋਈ ਜ਼ਿਆਤੀ ਹੋਈ ਹੋਵੇ ਉਹਦੀ ਫਿਰ ਸਾਨੂੰ ਮਿਸਟਰਸਟ ਕਰਨ ਦੀ ਅਵਿਸ਼ਵਾਸੀ ਕਰਨ ਦੀ ਭਰੋਸਾ ਨਾ ਕਰਨ ਦੀ ਇੰਨੀ ਪ੍ਰੈਕਟਿਸ ਕਰ ਲਈਦੀ ਹੈ ਨਾ ਜਿਵੇਂ ਕਹਿੰਦੇ ਨੇ ਪ੍ਰੈਕਟਿਸ ਮੇਕਸ ਯੂ ਪਰਫੈਕਟ ਜਿਹੜੀ ਚੀਜ਼ ਥਿਸ ਮੈਂ ਪ੍ਰੈਕਟਿਸ ਕਰਾਂਗਾ ਜੇ ਮੈਂ ਹਰ ਲੈਵਲ ਦੇ ਉੱਤੇ ਦੂਜੇ ਦੇ ਉੱਤੇ ਬੇਪਰੋਸੀ ਰੱਖਾਂਗਾ ਸੋ ਮੈਨੂੰ ਬੜੀ ਪ੍ਰੈਕਟਿਸ ਹੋ ਗਈ ਹੁੰਦੀ ਹੈ ਆਈ ਬਿਕਮ ਵੈਰੀ ਗੁੱਡ ਐਟ ਥੈਟ ਹਾਂਜੀ ਉਹ ਜਿਹੜੇ ਮਾਰੇ ਐਕਸਪੀਰੀਅੰਸ ਦੇ ਵਿੱਚ ਵੀ ਐਂ ਜੀ ਸਾਡਾ ਬਿਹੇਵੀਅਰ ਬਣਦਾ ਕਿਉਂਕਿ ਕੋਈ ਟਰਸਟ ਕਰਨਾ ਜਾਂ ਨਾ ਕਰਨਾ ਇਹ ਕੋਈ ਸਾਡੇ ਜੈਨੇਟਿਕ ਬੇਸਿਸ ਨਹੀਂ ਹੈਗੇ ਕਿ ਸਾਡੇ ਚ ਜੀਨਸ ਨੇ ਕਿ ਜੀ ਐਸ ਸਮਝ ਜੇ ਕਿ ਬਈ ਹਿੰਦੁਸਤਾਨੀਆਂ ਦੇ ਜੀਨ ਹੀ ਕੁਝ ਖਰਾਬ ਨੇ ਕਿ ਅਸੀਂ ਇੱਕ ਦੂਜੇ ਤੇ ਭਰੋਸਾ ਨਹੀਂ ਕਰ ਸਕਦੇ ਨਹੀਂ 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 ਇਹ ਪਿਓਰ ਤੇ ਪਿਓਰ ਸਮਾਜਿਕ ਅਵਸਥਾ ਦਾ ਇਹ ਜਿਹਨੀਆਂ ਛਣੀਆਂ ਹੁੰਦੀਆਂ ਉਹਨ ਇਸ ਲਈ ਮੈਂ ਡਰਦਾ ਸੋਸ਼ੀਅਲੋਜੀ ਦੀਆਂ ਬਹੁਤੀਆਂ ਗੱਲਾਂ ਕਰਨ ਚਾਹ ਕੋਈ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨੇ ਮੈਨੂੰ ਟੋਕ ਦੇਣਾ ਕਿ ਕਿੱਦਾਂ ਤੂੰ ਐਵੇਂ ਉੱਤੋਂ ਤੋਂ ਗੱਲਾਂ ਕਰਦਾ ਪਰ ਹੈ ਇਹ ਸਾਰਾ ਕੋਈ ਜੈਨੇਟਿਕ ਬੇਸਿਸ ਨਹੀਂ ਵਿਸ਼ਵਾਸ ਕਰਨ ਦੇ हां कई बार जेनेटिक डिजीजेस ਹੈਗੀਆਂ ਜਿਹਦੇ ਵਿੱਚ ਕੁਝ ਬਿਹੇਵੀਅਰ ਜਿਹੜੇ ਨੇ ਜਿਵੇਂ ਕਲੇਪਟੋਮਨੀਆ ਕਈ ਜਿਹੜੇ ਨੇ ਕੰਪਲਸਿਵ ਚੋਰ ਹੁੰਦੇ ਨੇ ਕਪਲਸਿਵ ਝੂਠੇ ਵੀ ਹੁੰਦੇ ਨੇ ਸੋ ਉਹ ਉਹ ਬੜੇ ਰੇਅਰ ਐਗਜ਼ੈਂਪਲਸ ਹੁੰਦੀਆਂ ਪਰ ਆਮ ਤੌਰ ਤੇ ਅਸੀਂ ਸਾਰਾ ਕੁਝ ਆਪਣੀ ਜ਼ਿੰਦਗੀ ਚੋਂ ਸਿੱਖਦੇ ਹਾਂ ਤੇ ਉਹਦੇ ਨਾਲ ਜਿਹੜਾ ਜਦੋਂ ਸਾਨੂੰ ਇਹ ਸਿੱਖਣ ਦੀ ਜਾਂਚ ਆ ਗਈ ਹੁੰਦੀ ਹੈ ਨਾ ਪ੍ਰੈਕਟਿਸ ਕਰ ਕਰ ਕੇ ਕਿ ਮੇਰੇ ਨਾਲ ਸਾਰੇ ਹੀ ਬੰਦੇ ਮਾੜਾ ਵਿਹਾਰ ਕਰਦੇ ਨੇ ਹਾਂਜੀ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੈਨੂੰ ਸਾਰੇ ਹੀ ਬੰਦੇ ਨੁਕਸਾਨ ਦੇਣਾ ਚਾਹੁੰਦੇ ਨੇ ਉਹ ਫਿਰ ਉਹ ਜਿਹੇ ਹਾਲਤ ਹੋ ਜਾਂਦੀ ਹੈ ਕਿ ਜੇ ਮੈਂ ਸਵੇਰੇ ਉੱਠ ਕੇ ਬਾਹਰ ਦੇਖਾਂ ਨਾ ਕਿ ਕਿਸ ਚਿਲਡਰ ਸੁੱਟਿਆ ਹੋਇਆ ਤੇ ਫਿਰ ਮੈਂ ਸੋਚਦਾ ਓਹੋ ਕੋਈ ਮੂਰਖ ਅੱਜ ਫੇਰ ਕੇਲੇ ਦਾ ਛਿਲਕਾ ਉੱਥੇ ਸੁੱਟ ਗਿਆ ਮੈਨੂੰ ਉੱਥੇ ਜਾ ਕੇ ਫੇਰ ਤਿਲਕਣਾ ਪੈਣਾ ਹੈ ਇਹ ਮੇਰੇ ਆਪਣੇ ਐਟੀਟਿਊਡ ਦੇ ਉੱਤੇ ਕਿ ਮੈਂ ਕੀ ਚੋਇਸ ਕਰਦਾ ਪਿਆ ਤਜਰਬੇ ਸਾਰਿਆਂ ਦੇ ਹਰ ਤਰ੍ਹਾਂ ਦੇ ਹੁੰਦੇ ਨੇ ਪਰ ਅਸੀਂ ਕਿਹੜੀ ਪੋਜੀਸ਼ਨ 'ਚ ਆਪਣੇ ਆਪ ਨੂੰ ਰੱਖ ਕੇ ਈਵੈਲਿਊਏਟ ਕਰਦੇ ਹਾਂ ਦੂਜੇ ਦਾ ਬਿਹੇਵੀਅਰ ਉਹਦੇ ਉੱਤੇ ਵੀ ਬੜਾ ਇਹ ਅਸਰ ਪੈਂਦਾ ਕਿ ਹਾਂ ਮੈਂ ਜਿਵੇਂ ਕੱਲ ਵੀ ਗੱਲ ਕੀਤੀ ਸੀ ਕਿ ਮੇਰੇ ਨਾਲ ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈ ਉਹ ਇਸੇ ਵਿਸ਼ਵਾਸ ਦੇ ਇੱਕ ਉੱਤੇ ਕਰਕੇ ਸਾਰੀ ਚਲੀ ਗਈ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹੁਣ ਵਿਸ਼ਵਾਸ ਨਾ ਕਰਾਂ ਕਿਸੇ ਦੇ ਉੱਤੇ ਮੈਨੂੰ ਬੜੇ ਲੋਕੀ ਇਹਹੀ ਕਹਿੰਦੇ ਤੂੰ ਵਿਸ਼ਵਾਸ ਕਿਉਂ ਕੀਤਾ ਨਹੀਂ ਮੈਂ ਵਿਸ਼ਵਾਸ ਕਰਨਾ ਚਾਹਾਂਗਾ ਮੇਰੀ ਆਪਣੀ ਮਾਨਸਿਕ ਤੇ ਸਮਾਜਿਕ ਸਿਹਤ ਲਈ ਜ਼ਰੂਰੀ ਹੈ ਕਿ ਮੈਂ ਇੱਕ ਮਨੁੱਖ ਹੁੰਦਾ ਹੋਇਆ ਦੂਜੇ ਮਨੁੱਖ ਦੇ ਉੱਤੇ ਵਿਸ਼ਵਾਸ ਕਰਾਂ ਹਾਂ ਉਹਦੇ ਤਜਰਬੇ ਬੜੇ ਮਾਰੇ ਵੀ ਹੋਣਗੇ ਉਹਦੇ ਤੋਂ ਫਿਰ ਬਚਨ ਦੀ ਵੀ ਜਾਂਚ ਆਣੀ ਚਾਹੀਦੀ ਹੈ ਹੁਣ ਅਜੋ ਜਿਹੜੇ ਕੋਈ ਮਈਪਾਲ ਰੈਡੀ ਜੀ ਦੇ ਚੀਜ਼ ਦੇ ਉੱਤੇ ਕੋਈ ਮੈਂ ਇਮੋਸ਼ਨਲ ਹੋ ਕੇ ਫੋਟੋਆਂ ਦੇਖ ਕੇ ਤੇ ਨਹੀਂ ਨਾ ਕੋਈ ਵਿਸ਼ਵਾਸ ਕਰ ਲਿਆ ਮੈਂ ਕਿਹਾ ਜੀ ਠੀਕ ਹੈ 2000 ਕਰੋੜ 2 ਲੱਖ ਕਰੋੜ ਬੋਦੀ ਸਾਹਿਬ ਦੇ ਕੋਲੋਂ ਤੁਹਾਨੂੰ ਡਿਲੀਵਰ ਕਰ ਦਿੱਤਾ ਗਿਆ ਸੋ ਇਸ ਤੀਜੇ ਦੀ ਜਿਹੜੀ ਚੀਜ਼ ਹੈ ਇਹ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੇ ਵਿੱਚ ਇੱਕ ਦੂਜੇ ਦਾ ਵਿਸ਼ਵਾਸ ਲੈਣਾ ਇੱਕ ਦੂਜੇ ਨੂੰ ਵਿਸ਼ਵਾਸ ਦੇਣਾ ਇਹ ਮੇਰੇ ਲਈ ਤੇ ਬਹੁਤ ਹੀ ਜ਼ਰੂਰੀ ਹੈ ਕਿ ਜੇ ਮੈਂ ਤੁਹਾਡੇ ਤੇ ਵਿਸ਼ਵਾਸ ਕਰਾਂਗਾ ਤੇ ਤਾਂ ਹੀ ਮੈਂ ਤੁਹਾਡੇ ਕੋਲੋਂ ਕੁਝ ਮਦਦ ਵੀ ਲੈ ਸਕਦਾ ਆਪਣੀ ਲੋੜਾਂ ਦੇ ਲਈ ਤੇ ਸ਼ਾਇਦ ਤੁਸੀਂ ਵੀ ਮੇਰੇ ਕੋਲੋਂ ਆਪਣੇ ਨਾਲ ਇੰਗੇਜ ਕਰਨ ਦੀ ਕੋਸ਼ਿਸ਼ ਕਰੋ ਇਹ ਕੰਮ ਜਿਹੜੇ ਨੇ ਕਈ ਵਾਰੀ ਘਰਾਂ ਦੇ ਵਿੱਚ ਵੀ ਬੜੇ ਲੋੜੀਂਦੇ ਹੁੰਦੇ ਨੇ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਨੂੰ ਕਿ ਜਦੋਂ ਬਜ਼ੁਰਗ ਹੋਣੇ ਸ਼ੁਰੂ ਹੁੰਦੇ ਨੇ ਨਾ ਅਸੀਂ ਕਈ ਵਾਰੀ ਉਹਨਾਂ ਦੀਆਂ ਕਈ ਜਿਹੜੀਆਂ ਸ਼ਕਤੀਆਂ ਨੇ ਫਿਜ਼ੀਕਲ ਤੇ ਮੈਂਟਲ ਉਹਨਾਂ ਤੇ ਇਮੋਸ਼ਨਲ ਨੀਡਸ ਉਹਨੂੰ ਬੜਾ ਮੰਨ ਕੇ ਚੱਲਦੇ ਬਸ ਹੀ ਹੁਣ ਤੇ ਬੁੱਢੇ ਹੋ ਗਏ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ 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 ਜੇ ਉਹ ਕਰ ਸਕਦੇ ਨੇ ਕੁਝ ਜੇ ਉਹਨਾਂ ਨੂੰ ਉਹਨਾਂ ਦੇ ਹੱਥ ਪੈਰ ਹਾਲੀ ਚੱਲਦੇ ਨੇ ਤੇ ਉਹਨਾਂ ਨੂੰ ਕਿਸੇ ਐਵੇਂ ਲੋਕ ਲੱਜਾਂ ਦੇ ਨਾਂ ਤੇ ਨੱਕ ਦੇ ਨਾਂ ਦਿੱਤੇ ਇਸ ਚੱਕਰ ਚ ਨਾ ਪਾਜੋ ਹਾਂ ਲੋਕੀ ਕੀ ਕਹਿਣਗੇ ਇਹ ਆਪਣੇ ਘਰ ਦੀ ਦਾਦੀ ਕੋਲੋਂ ਹਾਲੀ ਵੀ ਕੰਮ ਕਰਾਉਂਦੇ ਨੇ ਕੰਮ ਨਹੀਂ ਕਰਵਾ ਰਹੇ ਹੁੰਦੇ ਉਹ ਕਈ ਵਾਰ ਉਹ ਆਪ ਕੰਮ ਕਰਨ ਦੇ ਵਿੱਚ ਪ੍ਰਸੰਨਤਾ ਮਿਲ ਰਹੀ ਹੁੰਦੀ ਹੈ ਮੇਰੀ ਆਪਣੀ ਬਜ਼ੁਰਗ ਮਾਸੀ ਨੇ ਮੇਰੇ ਨਾਲ ਗੱਲ ਸਾਂਝੀ ਕੀਤੀ ਕਿ ਜੇ ਮੈਂ ਉਹਦੇ ਕੋਲ ਜਾਣਾ ਕਦੇ ਕਦੇ ਦੋ ਸਾਲ ਦਾ ਵਿੱਚ ਹਿੰਦੁਸਤਾਨ ਦਾ ਚੱਕਰ ਲਾਵਾ ਤੇ ਜੇ ਮੇਰੀ ਮਾਸੀ ਜੀ ਨੂੰ ਪਸੰਦ ਆ ਇਹ ਪਤਾ ਵੀ ਹੈ ਕਿ ਵੀ ਇਹ ਬੇਟਾ ਆਇਆ ਸ਼ਸ਼ੀ ਬੇਟਾ ਆਇਆ ਇਹਨੂੰ ਲੂਣ ਜੁਆਣ ਦੀ ਪਰੌਠੀ ਤੇ ਨਾਲ ਮਾਂ ਦੀ ਸੁੱਕੀ ਦਾਲ ਮਰਸਰੀ ਸਟਾਈਲ ਦੀ ਬੜੀ ਪਸੰਦ ਆ ਤੂੰ ਜੇ ਕੋਸ਼ਿਸ਼ ਕਰਕੇ ਕਹਿ ਮੈਂ ਤੇਰੇ ਲਈ ਬਣਾਵਾਂਗੀ ਕੋਈ ਬਣਾਣ ਨਹੀਂ ਦਿੰਦਾ ਘਰ ਦੇ ਵਿੱਚ ਨਹੀਂ ਬੀਜੀ ਨਹੀਂ ਬੀਜੀ ਬਹਿ ਜਾਓ ਇੱਥੇ ਬਹਿ ਜਾਓ ਤਾਂ ਨਹੀਂ ਇੱਥੇ ਤਾਂ ਉਹ ਸ਼ਾਇਦ ਬੈਕ ਆਫ ਦਾ ਮਾਈਂਡ 'ਚ ਹੋਵੇ ਕਿ ਲੋਕੀ ਕੀ ਕਹਣਗੇ ਬੜਾ ਵੱਡਾ ਫੈਕਟਰ ਹੈ ਹਾਂਜੀ ਸ਼ਾਇਦ ਇਹ ਵੀ ਹੋਵੇ ਕਿ ਵੀ ਕਿਦੜੇ ਡਿਗ ਡਗ ਨਾ ਜਾਣ ਪਰ ਜੇ ਉਹਨਾਂ ਨੂੰ ਲੱਗਦਾ ਪਿਆ ਰੋਜ਼ ਦੇਖ ਹੀ ਰਹੇ ਹੋ ਕਿ ਉਹਨਾਂ ਦੀ ਲਾਈਫ ਸਟੇਬਲ ਹੈ ਤੇ ਉਹਨਾਂ ਨੂੰ ਇਹ ਜਿਹੜੀ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਹੈ ਆਪਣੇ ਪਿਆਰ ਦੀ ਇੰਗੇਜਮੈਂਟ ਮੇਰੇ ਨਾਲ ਕਰਨੀ ਆਪਣੇ ਘਰ ਦੇ ਪੁੱਤਰ ਨਾਲ ਆਈ ਉਹਨਾਂ ਦੀ ਖੁਸ਼ੀ ਕਿਉਂ ਸੰਦੇ ਉਦੋਂ ਮਾਸੀ ਨੇ ਕਿਹਾ ਮੈਨੂੰ ਤੇ ਸੋਨੇ ਦੇ पिਂਜਰੇ ਵਿੱਚ ਪਾ ਲੈਂਦੇ ਨੇ ਉਹ ਵੀ ਨਾ ਪਿਆਰ ਪੇ ਕਰਦੇ ਹੋ ਕਿ ਜਾਨ ਪੇ ਕਰਦੇ ਹੋ ਉਹ ਜਿਹੜੀ ਸੋਸ਼ਲ ਮੈਂਟਲ ਇੰਗੇਜਮੈਂਟ ਦੇ ਵਿੱਚ ਦੂਜੇ ਦੀ ਅਵਸਥਾ ਨੂੰ ਜਾਣਨ ਦੀ ਉਹਦੀ ਲੋੜ ਨੂੰ ਤੇ ਉਹਦੀਆਂ ਕਈਆਂ ਗੱਲਾਂ ਦੇ ਤੇ ਭਰੋਸਾ ਕਰਨ ਦੀ ਵੀ ਲੋੜ ਹੈ ਟਰਸਟ ਦੀ ਬੜੀ ਲੋੜ ਹੈ ਟਰਸਟ ਤੋਂ ਬਗੈਰ ਕੋਈ ਸੋਸਾਇਟੀ ਨਹੀਂ ਡਿਵੈਲਪ ਹੁੰਦੀ ਨਹੀਂ ਤੇ ਅਸੀਂ ਸੋਚਦੇ ਪਏ ਹਾਂ ਜਿਵੇਂ ਇੱਕ ਮੇਰੇ ਬੜੇ ਅچھے ਕਰਦਾਈ ਬਰਖੁਰਦਾਰ ਨੇ ਆਪਣੀ ਇੱਕ ਕਿਤਾਬ ਦੇ ਕੁਝ ਹਿੱਸੇ ਭੇਜੇ ਕਿ ਟਰਸਟ ਜਿਹੜਾ ਜਿਵੇਂ ਕਿਵੇਂ ਗਰਕ ਹੋ ਚੁੱਕਾ ਹੋਇਆ ਸਾਡੀਆਂ ਮਾਡਰਨ ਸੋਸਾਇਟੀਆਂ ਦੇ ਵਿੱਚ ਪਰ ਉਹਦੇ ਵਿੱਚ ਫਿਰ ਅਸੀਂ ਇੰਤਜ਼ਾਰ ਕਰਦੇ ਪਏ ਕੋਈ ਆਏਗਾ ਤੇ ਇਹਨੂੰ ਸਾਰਾ ਚੇਂਜ ਲਿਆਏਗਾ ਨਹੀਂ ਉਹ ਕਦੇ ਨਹੀਂ ਹੋਣਾ ਉਹ ਚੇਂਜ ਸਾਡੇ ਅੰਦਰੋਂ ਹੀ ਆਣਾ ਹੈ ਅਸੀਂ ਬਹੁਤੇ ਜੀ ਟਰਸਟ ਇੱਕ ਹੌਲੀ ਹੌਲੀ ਕਰਾਂਗੇ ਜਿਸ ਦੀ ਕਿ ਕੋਈ ਅਡੀ ਸੌਖੀ ਗੱਲ ਨਹੀਂ ਹੈ ਇਹ ਹੁਣ ਕਰੋਨਿਆਂ ਨੂੰ ਕਾਬੂ ਕਰਨ ਦੇ ਵਿੱਚ ਡੈਨਮਾਰਕ ਵਗੈਰਾ ਬੜੇ ਜਿਹਨੂੰ ਕਿਹਾ ਜ਼ਿਆਦਾ ਸਫਲਤਾ ਇਹਨਾਂ ਨੂੰ ਮਿਲੀ ਉਹਦਾ ਇੱਕ ਕਾਰਨ ਇਹ ਸੀ ਕਿ ਡੈਨਮਾਰਕ ਦੀ ਪਾਪੂਲੇਸ਼ਨ ਆਪਣੇ ਲੀਡਰਾਂ ਉੱਤੇ ਆਪਣੇ ਡਾਕਟਰਾਂ ਉੱਤੇ ਭਰੋਸਾ ਕਰਦੇ ਆ ਤੇ ਉਹ ਵੀ ਭਰੋਸਾ ਕਰਦੇ ਨੇ ਕਿ ਮਨੁੱਖ ਜਿਹੜੇ ਅਸੀਂ ਇਹਨਾਂ ਨੂੰ ਲਾਅ ਦਿੱਤੇ ਨੇ ਜਿਹੜੀਆਂ ਇਨਸਟਰਕਸ਼ਨਾਂ ਦਿੱਤੀਆਂ ਉਹਨੂੰ ਮੰਨਣਗੇ ਪਰ ਉਹ ਭਰੋਸਾ ਮਿਊਚੁਅਲ ਹੈ ਕਿ ਜਿਨ੍ਹਾਂ ਨੇ ਮੰਨਣਾ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਹਾਂ ਸਾਡੀ ਰੋਟੀ ਪਾਣੀ ਸਾਡੀ ਸਿਹਤ ਸਾਡੀ ਸਿਕਿਉਰਿਟੀ ਕੋਈ ਦੂਰੀ ਵਾਲਾ ਹੈਗਾ ਇੰਡੀ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਉਹਨਾਂ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਹੈ ਸੋ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਦੇ ਵਿੱਚ ਪ੍ਰੋਸੇ ਦਾ ਰੋਲ ਤੇ ਬਹੁਤ ਹੀ ਜ਼ਿਆਦਾ ਹੈ ਤੇ ਉਸ ਪ੍ਰੋਸੇ ਨੂੰ ਲੈ ਕੇ ਜੇ ਤੁਸੀਂ ਇੱਕ ਦੂਜੇ ਦੇ ਨਾਲ ਵਰਤਣਾ ਸ਼ੁਰੂ ਕਰੀਏ ਹੁਣ ਜਿਵੇਂ ਇਹ ਸੋਸਾਇਟੀ ਵੀ ਐਕਟਿਵ ਰਹਿਣਾ ਹੁਣ ਉਹਦੇ ਵਿੱਚ ਕੀ ਆ ਰਿਹਾ ਵੈ ਕਿ ਸਾਨੂੰ ਜਿਹੜੀ ਅਸੀਂ ਆਪਣੀ ਕੀ ਦੇ ਸਕਦੇ ਹਾਂ ਦੂਜੇ ਨੂੰ ਵੈਲ ਤੇ ਇੱਥੋਂ ਸ਼ੁਰੂ ਕਰਨਾ ਪੈਣਾ ਕਿ ਜੇ ਤੁਸੀਂ ਪਹਿਲੇ ਕਿਧਰੇ ਸਾਰੀ ਉਮਰ ਚੰਗੇ ਅਕਾਊਂਟੈਂਟ ਰਹੇ ਹੋ ਜਾਂ ਜੀ ਕਿ ਮੈਨੇਜਰ ਰਹੇ ਹੋ ਐਡਮਿਨਿਸਟ੍ਰੇਟਰ ਰਹੇ ਹੋ ਜਾਂ ਕਿਸੇ ਹੋਰ ਹੱਥਾਂ ਦੇ ਦਸਤਕੀਰ ਰਹੇ ਹੋ ਤੁਸੀਂ ਉਹ ਚੀਜ਼ਾਂ ਨੂੰ ਆਫਰ ਕਰਨ ਨੂੰ ਤਿਆਰ ਹੋ ਕਿਸੇ ਦੂਜੇ ਦੇ ਲਈ ਕਰ ਦੇਣ ਦੇ ਲਈ ਪੈਸੇ ਦੇ ਇਨਵੋਲਵਮੈਂਟ ਤੋਂ ਬਗੈਰ ਹਾਂਜੀ ਕਿ ਮੈਂ ਮੇਰੇ ਕੋਲ ਇਹ ਹੁਨਰ ਹੈਗੇ ਨੇ ਮੈਂ ਦੇਣਾ ਤੇ ਤੂੰ ਬਈ ਬਰਖੁਰਦਾਰ ਤੂੰ ਅੱਜ ਕੱਲ ਖਾਸ ਕਰਕੇ ਯੰਗ ਜਨਰੇਸ਼ਨ ਮੈਨੂੰ ਇਹ ਹੁਣ ਕੰਪਿਊਟਰ ਨਹੀਂ ਸਮਝ ਆ ਰਿਹਾ ਮੈਨੂੰ ਇਹ ਫੇਸਬੁਕਾਂ ਤੇ ਯੂਟਿਊਬਾਂ ਟੈਲੀਫੋਨ ਦੇ ਉੱਤੇ ਨਹੀਂ ਸਮਝ ਆ ਰਹੀਆਂ ਇਹ ਤੂੰ ਮੈਨੂੰ ਸਮਝਾ ਇਹ ਮੇਰੇ ਵੀ ਪਿਛਲੇ ਹਫਤੇ ਮੇਰੇ ਜੀਜਾ ਜੀ ਨੇ ਮੈਨੂੰ ਕਿਹਾ ਉਹ ਬਜ਼ੁਰਗ ਬੁੱਢਾ ਬੁੱਢੀ ਬੈਠੇ ਨੇ ਕਹਿੰਦੇ ਵੀ ਮੈਨੂੰ ਸਮਝ ਹੀ ਨਹੀਂ ਲੱਗਦੀ ਫੇਸਬੁਕ ਕਿੱਥੋਂ ਤੇ ਜੇ ਪੋਤਰੇ ਨੂੰ ਕਿਹਾ ਪੋਤਰੇ ਦੀ ਆਪਣੀ ਜ਼ਿੰਦਗੀ ਇੰਨੀ ਬੜੀ ਬਿਜ਼ੀ ਹੈ ਉਹ ਆ ਕੇ ਫੜਫੜ ਕਰਤੇ ਜਾਏਗਾ ਐ ਲੋ ਦਾਦੂ ਮੈਂ ਕਰ ਦਿੱਤਾ ਉਹ ਕਹਿੰਦੇ ਨਹੀਂ ਨਹੀਂ ਉਹ ਇੱਥੇ ਵੀ ਪੱਛਮ ਵਿੱਚ ਵੀ ਇਹੀ ਹਾਲ ਹੈ ਉਧਰ ਵੀ ਪਰ ਜੇ ਇੰਜ ਦੀ ਇੱਥੇ ਜਦਮਾਰਕ ਵਿੱਚ ਬਣਨੀਆਂ ਸ਼ੁਰੂ ਹੋਈਆਂ ਉਹ ਥਾਵਾਂ ਜਿੱਥੇ ਹਫ਼ਤੇ 'ਚ ਇੱਕ ਵਾਰੀ ਜਾਂ ਮਹੀਨੇ 'ਚ ਦੋ ਕਵਾਰੀ ਲੋਕ ਇਕੱਠੇ ਹੁੰਦੇ ਨੇ ਆਪਣੇ ਆਪਣੇ ਹੁਨਰ ਲੈ ਕੇ ਕਿ ਵੀ ਮੈਂ ਇਹ ਕਰਨ ਨੂੰ ਤਿਆਰ ਆ ਤੇ ਮੈਨੂੰ ਇਨ ਰਿਟਰਨ ਜੇ ਕੋਈ ਮੇਰੀ ਮਦਦ ਇਸ ਕੰਮ ਲਈ ਕਰ ਲੇ ਸੋ ਜੇ ਮੈਂ ਨਹੀਂ ਮੈਨੂੰ ਕੰਪਿਊਟਰ ਚਲਾਉਣਾ ਆਉਂਦਾ ਤੇ ਮੈਂ ਕਿਸੇ ਨੂੰ ਅਪਰੋਚ ਕਰ ਸਕਦਾ ਕਿ ਵੀ ਖਾਸ ਕਰਕੇ ਡਿਜੀਟਲ ਮਾਮਲੇ ਦੇ ਵਿੱਚ ਬਜ਼ੁਰਗਾਂ ਨੂੰ ਬੜੀ ਦਿੱਕਤ ਆ ਰਹੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਆਪ ਪਹੁੰਚ ਕੇ ਦੋ ਜਨ ਬੱਚਿਆਂ ਨੂੰ ਜਾਂ ਜਿਹਦੇ ਕੋਲ ਵੀ ਉਹ ਹੁਨਰ ਹੈਗਾ ਕਿ ਉਹਨੂੰ ਕਹਿਣ ਵੀ ਮੈਨੂੰ ਸਹਾ ਦੇ ਅਸੀਂ ਸਿੱਖਣ ਨੂੰ ਤਿਆਰ ਆ ਉਹ ਚ ਪੈਸੇ ਦਾ ਲੈਣ ਦੇਣ ਨਹੀਂ ਕਰਨਾ ਪਰ ਇਨ ਰਿਟਰਨ ਮੈਂ ਉਸ ਦਾ ਤੇਰਾ ਹੋਮਵਰਕ ਕਰਵਾ ਸਕਾਂ ਮੈਂ ਉਸ ਦਾ ਜੇ ਤੂੰ ਕਿਸੇ ਸਬਜੈਕਟ ਚ ਕਮਜ਼ੋਰ ਹੈ ਮੈਂ ਤੈਨੂੰ ਉਹਦੇ ਬਾਰੇ ਪੜ੍ਹਾ ਸਕਾਂ ਹਾਂਜੀ ਉਹ ਚੀਜ਼ ਜਿਹੜੀ ਹੈ ਉਹ ਐ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਮੈਂ ਜਿਵੇਂ ਅੱਤੇ ਕਦੇ-ਕਦੇ ਕਰਦਾ ਹੁੰਦਾ ਇੱਕ ਮੇਰਾ ਐਕਸ ਪੁਰਾਣਾ ਸਟੂਡੈਂਟ ਹੀ ਆ ਪੰਜਾਬੀ ਮੁੰਡਾ ਉਹਦੀ ਵੋਟੀ ਜਿਹੜੀ ਇਟਾਲੀਅਨ ਹੈ ਹੁਣ ਮੈਨੂੰ ਇਟਾਲੀਅਨ ਭਾਸ਼ਾ ਦਾ ਬੜਾ ਸ਼ੌਕ ਹੈ ਤੇ ਉਹ ਕੁੜੀ ਪੰਜਾਬੀ ਥੋੜਾ ਬਹੁਤਾ ਸਿੱਖਣਾ ਚਾਹਦੀ ਹੈ ਅਸੀਂ ਫਿਰ ਇੰਜ ਕਰਦੇ ਆ ਕਦੇ-ਕਦਾਈ ਮਿਲਦੇ ਹੁੰਨੇ ਸਮਝ ਮਿਲਦੇ ਆ ਹਜੇ ਵੀ ਕਿ ਉਹ ਇਟਾਲੀਅਨ ਚ ਮੇਰੇ ਨਾਲ ਗੱਲਬਾਤ ਕਰੇ ਗਿਣਤੀ ਕਰਦੇ ਪਏ ਆ ਜਾਂ ਕੋਈ ਛੋਟੇ-ਛੋਟੇ ਲਾਵੇ ਤੇ ਮੈਂ ਪੰਜਾਬੀ ਚ ਕਰਾ ਇਹ ਲੈਣ ਦੇਣ ਦਾ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਹੁੰਦੀ ਹੈ ਹਾਂਜੀ ਇੱਕ ਬੰਦਾ ਜਿਹੜਾ ਵਾ ਬਹੁਤ ਹੀ ਵਧੀਆ ਉਹ ਜਿਹੜੇ ਆ ਸਾਊਥ ਇੰਡੀਅਨ ਆ 스파이ਸੀ ਵੜੇ ਜਿਹੜੇ ਚਟਨੀ ਨਾਲ ਖਾਈਦੇ ਨੇ ਸਾਊਥ ਇੰਡੀਆ ਦੇ ਰੈਸਟੋਰੈਂਟ ਹੁਣ ਉਹਦਾ ਉਹਨੂੰ ਉਹ ਬਣਾਉਣਾ ਚਾਹੁੰਦਾ ਸੀ ਪਰ ਉਹਦੀ ਵੀ ਫੁੜੀ ਦੀ ਥੋੜੀ ਜਿਹੀ ਇੱਛਾ ਸੀ ਕਿ ਮੇਰੇ ਕੋਲ ਤਬਲਾ ਸਿੱਖਣਾ ਚਾਹਦੀ ਸੀ ਅਸੀਂ ਕਹਾਂ ਚਲੋ ਅਸੀਂ ਅੰਜ ਕਰਾਂਗੇ ਮੈਂ ਉਹਨੂੰ ਥੋੜਾ ਥੋੜਾ ਤਬਲਾ ਦਿਖਾਉਣਾ ਸ਼ੁਰੂ ਕੀਤਾ ਹਾਂਜੀ ਤੇ ਉਹਦੇ ਦਰਮਿਆਨ ਉਸ ਤੋਂ ਬਾਅਦ ਥੋੜੇ ਤਬਲੇ ਦੇ ਸੈਸ਼ਨ ਤੋਂ ਬਾਅਦ ਉਹ ਮੈਨੂੰ ਵੜੇ ਬਣਾਉਣੇ ਉਹਨੇ ਸਿਖਾਏ ਇਹ ਨਹੀਂ ਕਿ ਬਣੇ ਬਣਾਏ ਮੈਂ ਖਾ ਲੈ ਮੈਂ ਕਹਿੰਦੀ ਮੈਨੂੰ ਸਿਖਾਓ ਸੋ ਇਹ ਜਿਹੜਾ ਨਾ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਇਸੇ ਚੀਜ਼ ਦੀ ਇੱਕ ਕੰਟੀਨਿਊਟੀ ਪਹਿਲੇ ਤੇ ਇਹੀ ਹੈ ਕਿ ਇਹਨੂੰ ਜਿਵੇਂ ਉਹ ਮਾਈਥੋਲੋਜੀ ਵਾਲੇ ਕਹਿੰਗੇ ਯੱਗਿਆਂ ਦਾ ਲਾਈਫਸਟਾਈਲ ਲੈਣਾ ਤੇ ਦੇਣਾ ਦੇਣਾ ਤੇ ਲੈਣਾ ਐਕਸਚੇਂਜ ਕਰਨਾ ਇਹ ਉਹਦੀ ਇੰਗੇਜਮੈਂਟ ਚ ਕਰਨੀ ਫਿਰ ਜੇ ਅਸੀਂ ਆਪਣੇ ਸੋਸ਼ਲ ਤੇ ਸਿਹਤਮੰਦ ਬੁੱਢੇਪੇ ਦੇ ਬਾਰੇ ਕੁਝ ਹੋਰ ਕਰਨਾ ਚਾਹੁੰਦੇ ਆ ਖਾਸ ਕਰਕੇ ਜਦੋਂ ਸਾਡੇ ਕੋਲ ਜ਼ਿਆਦਾ ਵਕਤ ਹੁਣ ਮਿਲ ਗਿਆ ਹੈ ਜੇ ਰਿਟਾਇਰਮੈਂਟ ਹੋ ਗਈ ਹੈ ਤੇ ਵੈਸੇ ਤੇ ਤੁਹਾਨੂੰ ਉਹ ਜਿਹੜੇ ਜਿਹੜੇ ਛੋਟੀ ਉਮਰ ਦੇ ਬੰਦੇ ਉਹ ਤੁਹਾਨੂੰ ਇਹੀ ਚੀਜ਼ਾਂ ਆਪਣੇ ਮਾਪਿਓ ਤੇ ਆਪਣੇ ਦਾਦੀ-ਦਾਦਿਆਂ ਦੇ ਉੱਤੇ ਨਾਨੀ-ਨਾਨਿਆਂ ਦੇ ਉੱਤੇ ਉਹਨਾਂ ਨੂੰ ਅਚੀਵ ਕਰਨ ਚ ਮਦਦ ਕਰਨੀ ਚਾਹੀਦੀ ਹੈ ਤੇ ਜੇ ਮੈਂ ਖੁਦ ਉਹ ਬਜ਼ੁਰਗ ਅਵਸਥਾ ਵਿੱਚ ਜੂੰ ਰਿਹਾ ਮਾਂ ਤੇ ਹੌਲੀ ਹੌਲੀ ਹੋਰ ਬਜ਼ੁਰਗ ਹੋਵਾਂਗਾ ਉਹਦੇ ਵਿੱਚ ਜ਼ਰੂਰੀ ਹੈ ਕਿ ਫਿਰ ਮੈਂ ਕਿਵੇਂ ਸੋਸ਼ੀਅਲੀ ਇੰਗੇਜ ਹੋਣਾ ਸੋ ਉਹ ਚੀਜ਼ਾਂ ਮੈਂ ਆਪਣੀ ਡੇਲੀ ਲਾਈਫ ਚ ਜ਼ਰੂਰ ਕੋਸ਼ਿਸ਼ ਕਰਦਾ ਇਹ ਨਹੀਂ ਕਿ ਹਰ ਵਾਰੀ ਉਹਦੇ ਚੰਗੇ ਤਜਰਬੇ ਹੋਣ ਜਾਂ ਤੁਹਾਨੂੰ ਉਸ ਚ ਨਿਰਾਸ਼ਾ ਨਾ ਮਿਲੇ ਪਰ ਨਹੀਂ ਉਹਦੇ ਉੱਤੇ ਫੇਰ ਉਹੀ ਟਰਸਟ ਲੈ ਕੇ ਚੱਲਣਾ ਪੈਣਾ ਕਿ ਇੱਕ ਮਨੁੱਖ ਅਸੀਂ ਕੋਈ ਬਾਈ ਬਰਥ ਈਵਲ ਨਹੀਂ ਆ ਅਸੀਂ ਈਵਲ ਜਾਂ ਭੇੜੇ ਬਣਦੇ ਆ ਕਿਉਂਕਿ ਕਿਹੜੇ ਅਵਸਥਾ ਵਿੱਚ ਕਿਹੜੇ ਰਿਵਾਰਡ ਸਿਸਟਮ ਦੇ ਵਿੱਚ ਅਸੀਂ ਵੱਡੇ ਹੁੰਦੇ ਆ ਸਾਨੂੰ ਆਸ-ਪਾਸੇ ਕੀ ਦਿਸਦਾ ਹੈ ਕਿ ਕਿਹੜਾ ਬੰਦਾ ਜ਼ਿਆਦਾ ਜ਼ਿੰਦਗੀ ਲੱਗਦਾ ਕਿ ਵਧੀਆ ਜਿਉ ਰਿਹਾ ਤੇ ਸੌਖੀ ਜਿਉ ਰਿਹਾ ਤੇ ਕੌਣ ਜਿਹੜਾ ਵੈ ਉਹ ਹਰ ਸਮੇਂ ਦੁਖੀ ਲੈ ਰਿਹਾ ਲੋੜ ਤੇ ਉਹੀ ਚਾਰੇ ਪਾਸੇ ਨੂੰ ਸੁਧਾਰਨ ਦੀ ਹੈ ਪਰ ਉਹਦੇ ਪਤਾ ਨਹੀਂ ਕਦੋਂ ਹੋਣਾ ਤੇ ਕਿਵੇਂ ਹੋਣਾ ਕਿਸੇ پیغمبر ਨੇ ਤੇ ਨਹੀਂ ਆਣਾ بڑے پیغمبر ਆਏ ਤੇ ਚਲੇ ਗਏ ਹਾਂਜੀ ਉਹਨਾਂ ਆਪੋ ਆਪਣੇ ਵੇਲੇ ਛੋਟਾ ਛੋਟਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਬੰਦਿਆਂ ਨੇ ਵੀ ਉਹੀ ਕੁਝ ਕੀਤਾ ਜਿਹੜੇ ਬਾਕੀ ਕਰ ਰਹੇ ਹੁੰਦੇ ਸੀ ਸੋ ਆਪ ਜਿਹੜਾ ਵਾ ਕਿਵੇਂ ਤੁਸੀਂ ਕਰ ਲੈਂਦੇ ਹੋ ਕਿ ਤੁਹਾਨੂੰ ਤੁਸੀਂ ਇਸ ਚੀਜ਼ ਦਾ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਕਿ ਮੈਂ ਹੁਣ ਘਰ 'ਚ ਬੈਠਾ ਤੇ ਮੈਨੂੰ ਤੁਸੀਂ ਕੋਈ ਆ ਕੇ ਉਠਾਏਗਾ ਹਾਂ ਕਈ ਵਾਰ ਤੁਹਾਡੇ ਦੋਸਤ ਮਿੱਤਰ ਕੋਸ਼ਿਸ਼ ਕਰਨਗੇ ਕਿ ਜੇ ਤੁਸੀਂ ਚੰਗੇ ਮੂਡ 'ਚ ਨਹੀਂ ਹੋ ਜਾਂ ਕੋਈ ਇੱਕ ਵਾਰੀ ਦੋ ਵਾਰੀ ਤੁਹਾਨੂੰ ਬੁਲਾਣਗੇ ਪਰ ਜੇ ਤੁਸੀਂ ਨਹੀਂ ਰਿਸਪੌਂਸ ਕਰ ਰਹੇ ਉਹ ਛੱਡ ਜਾਣਗੇ ਫਿਰ ਜਿਆਦਾ ਕਲੋਜ਼ ਦਾ ਦੋਸਤ ਹੈ ਉਹ ਸ਼ਾਇਦ 5 7 10 ਵਾਰੀ ਕਰ ਲਵੇ ਹੋ ਸਕਦਾ ਹੈ ਘਰ ਦੇ ਬੰਦੇ ਤੁਹਾਡੇ ਮੂਡ ਨੂੰ ਤੁਹਾਡੀਆਂ ਲੋੜਾਂ ਨੂੰ ਸਮਝਦੇ ਹੋਏ 20 25 ਵਾਰੀ ਕਰ ਲੈ ਪਰ ਜੇ ਤੁਸੀਂ ਪ੍ਰੈਕਟਿਸ ਕੀਤੀ ਹੋਈ ਹੈ ਇੰਨੀ ਜ਼ਿਆਦਾ ਕਿ ਮੈਂ ਹਰ ਨੂੰ ਆਪਣੇ ਤੋਂ ਤਕਣਾ ਦੂਰ ਤੇ ਕਿਉਂਕਿ ਮੇਰੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਤੇ ਮੈਂ ਟਕੜਾ ਹੀ ਟਕੜਾ ਉਹ ਇੱਕ ਦਿਨ ਫਿਰ ਸਾਰੇ ਹੀ ਟੱਕੇ ਜਾਂਦੇ ਨੇ ਉਹ ਫਿਰ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਜਿਹੜੀ ਆ ਟੁੱਟ ਜਾਂਦੀ ਹੈ ਉਹ ਹੈ ਸਾਡੀ ਆਪਣੀ ਡਿਊਟੀ ਕਿ ਜੇ ਇੱਕ ਚੀਜ਼ ਜਿਸ ਤਰ੍ਹਾਂ ਦੇ ਕੰਮ ਕਰਨ ਦੇ ਲਈ ਮੈਨੂੰ ਚਾਹੀਦੀ ਹੈ ਇਨਸਪੀਰੇਸ਼ਨ ਮੈਂ ਉਹਦੇ ਲਈ ਆਪ ਹੱਥ ਵਧਾਵਾ ਤੇ ਖਾਸ ਕਰਕੇ ਵੱਡੀ ਉਮਰ ਚ ਆ ਕੇ ਬਾਇਓਲੋਜੀ ਵੀ ਦੱਸਦੀ ਹੈ ਤੇ ਜਿਹਦਾ ਫਾਇਦੇ ਸੋਸ਼ਲ ਤੇ ਮੈਂਟਲ ਨਾਲ ਵੀ ਹੁੰਦੇ ਆ ਉਹ ਹੈ ਕੋਈ ਨਾ ਕੋਈ ਨਵੀਂ ਚੀਜ਼ ਸਿੱਖਣੀ ਜਿਵੇਂ ਆਮ ਤੌਰ ਤੇ ਕਹਿ ਦਿੰਦੇ ਨੇ ਕੋਈ ਨਵੀਂ ਭਾਸ਼ਾ ਸਿੱਖਣੀ ਪਰ ਜੇ ਭਾਸ਼ਾ ਨਾ ਵੀ ਸਿੱਖਣੀ ਹੋਵੇ ਨਾ 뮤జిక్ ਦੀ ਬੜੀ ਜ਼ਬਰਦਸਤ ਉੱਥੇ ਇੰਪੋਰਟੈਂਸ ਹੈ ਤੇ 뮤జిక్ ਦੇ ਮਾਮਲੇ ਵਿੱਚ ਜੇ ਅਸੀਂ ਆਪਣੀ ਕਿਸੇ ਵੀ ਉਮਰ ਦੇ ਪੜਾਅ 'ਚ ਤੇ ਖਾਸ ਕਰਕੇ ਜੇ ਬੁਢੇਪੇ ਦੇ ਪੜਾਅ 'ਚ ਕੋਈ ਇਨਸਟਰੂਮੈਂਟਲ 뮤జిక్ ਸਿੱਖੀਏ ਨਾ ਹਾਂਜੀ ਉਹ ਭਾਵੇਂ ਤਬਲਾ ਵਜਾਣਾ ਹੋਵੇ ਬਾਂਸਰੀ ਵਜਾਣੀ ਹੋਵੇ ਥੋੜੀ ਗਿਟਾਰ ਵਜਾਣੀ ਹੈ ਹਰਮੋਨੀਆ ਵਜਾਣਾ ਉਹਦਾ ਜਿੰਨੇ ਫਾਇਦੇ ਦੇਖੇ ਗਏ ਨੇ ਕਿਉਂਕਿ 뮤지컬 ਇਨਸਟਰੂਮੈਂਟ ਵਜਾਣਾ ਉਹ ਤੁਹਾਡੇ ਬ੍ਰੇਨ ਦੀ ਤੇ ਤੁਹਾਡੇ ਮਸਲਸ ਦੀ ਕੋਆਰਡੀਨੇਸ਼ਨ ਬੜੀ ਮੰਗਦਾ ਉਹਦੀ ਪ੍ਰੈਕਟਿਸ ਮੰਗਦਾ ਉਹਦਾ ਟਿਕਾਉ ਮੰਗਦਾ ਉਹ ਬਹੁਤ ਗਾਣ ਨਾਲੋਂ ਵੀ ਜ਼ਿਆਦਾ ਜਿਹੜਾ ਵੈ ਮਿਊਜ਼ਿਕ ਦਾ ਅਸਰ ਇਨਸਟਰੂਮੈਂਟਲ ਮਿਊਜ਼ਿਕ ਦਾ ਵੈ ਹਾਂਜੀ ਕਿ ਉਹ ਕਿਸੇ ਵੀ ਕਿਸਮ ਦਾ ਜਿਹੜਾ ਵਿਤਾ ਤੁਸੀਂ ਅਫੋਰਡ ਕਰ ਸਕਦੇ ਹੋ ਜਿਵੇਂ ਮੈਂ ਮੈਂ ਬਚਪਨ ਤੋਂ ਹੀ ਥੋੜਾ ਬੋਤਾ ਚਲੋ ਤਬਲਾ ਵਜਾਂਦਾ ਰਿਹਾ ਤੇ ਹਾਲੀ ਵੀ ਮੈਂ ਕਦੇ ਕਦੇ ਵਜਾਉਣਾ ਜਿੱਥੇ ਮੈਨੂੰ ਮੌਕਾ ਮਿਲ ਜੇ ਕਿਸੇ ਪਰ ਇੱਥੇ ਕੋਈ ਇੰਡੀਅਨ ਮਿਊਜ਼ਿਕ ਘਟ ਹੋਣ ਕਰਕੇ ਮੈਂ ਰੈਗੇ ਵਾਲਿਆਂ ਨਾਲ ਜੈਜ਼ ਵਾਲਿਆਂ ਨਾਲ ਉਹਦਾ ਮਜ਼ਾ ਆਉਂਦਾ ਤੇ ਉਹ ਹੀ ਤਬਲੇ ਦੇ ਨਾਲ ਹੀ ਮੈਨੂੰ ਆਪਣੇ ਆਪ ਵੀ ਲੱਗਦਾ ਕਿ ਹਾਂ ਵੀ ਕੋਆਰਡੀਨੇਸ਼ਨ ਹਾਲੀ ਕੰਮ ਕਰ ਰਹੀ ਹੈ ਇਹ ਬਾਇਓਲੋਜੀਕਲੀ ਵੀ ਪ੍ਰੂਵਨ ਫੈਕਟ ਹੈ ਸੋਸਾਇਓਲੋਜੀਕਲੀ ਵੀ ਇੰਪਰੂਵ ਇਨ ਫੈਕਟ। ਸੋ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਨੂੰ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਵੱਲ ਜਾਣੀਆਂ। ਮੈਂ ਸੋਚਿਆ ਸੀ ਕਿ ਅੱਜ ਉਹਦੇ ਵਿੱਚੋਂ ਅੱਗੇ ਚੱਲਾਂਗੇ ਕਿ ਤੁਹਾਨੂੰ ਕਿਹੜਾ ਆਪਣਾ ਬਾਡੀ ਦਾ ਆਰਗਨ ਸਭ ਤੋਂ ਪ੍ਰਾਇੋਰਟੀ ਵਾਲਾ ਲੱਗਦਾ ਜੀ ਇਹਦਾ ਤੁਹਾਡੇ ਲਈ ਨੰਬਰ 1 ਹੈ। ਉਹਦੇ ਕੋਈ ਬਹੁਤੇ ਹਾਲੀ ਰਿਸਪਾਂਸ ਨਹੀਂ ਆਏ। 1-2 ਆਏ ਨੇ। ਮੈਂ ਇੱਕ ਦਿਨ ਹੋਰ ਦੇਣਾ ਕਿਉਂਕਿ ਅੱਜ ਦਾ ਫੇਅਰ ਟਾਈਮ ਥੋੜਾ ਵੱਧ ਗਿਆ ਕਿ ਕਿਹੜੇ ਆਰਗਨ ਉਹ ਪਰ ਜਿਵੇਂ ਕਿ ਐਕਸਪੈਕਟਡ ਸੀ ਕਈਆਂ ਵੱਲੋਂ ਕਿ ਅ ਨਹੀਂ ਥੋੜਾ ਮੈਨੂੰ ਦੱਸਦਾ ਕਿ ਹਾਲੀਪੀਪ ਤਾਂ ਨੰਬਰ 1 ਪ੍ਰਾਇੋਰਟੀ ਤੇ ਕਿਹੜਾ ਆਇਆ ਕਿਉਂਕਿ ਉਹਦੇ ਨਾਲ ਫਿਰ ਤੁਸੀਂ ਐਵੇਂ ਬਾਇਸ ਨਾ ਹੋ ਤੇ ਤੁਸੀਂ ਆਪਣੀ ਫਿਰ ਦੱਸੋ ਕਿ ਤੁਹਾਡੇ ਪਸੰਦ ਦਾ ਐਬਸੋਲੂਟ ਆਰਗਨ ਕਿਹੜਾ ਬਾਡੀ 'ਚ ਕਿ ਜਿਹੜਾ ਤੁਹਾਡੇ ਲਈ ਪਰਫੈਕਟ ਰਵੇ ਹਰ ਸਮੇਂ ਤੇ ਤੁਸੀਂ ਆਹ ਆਨੰਦ ਦੀ ਅਵਸਥਾ ਵਿੱਚ ਆਪਣੀ ਜ਼ਿੰਦਗੀ ਜੀਵੋਗੇ ਠੀਕ ਹੈ ਜੀ ਇਹਦੇ ਵੀ ਇਹਨਾਂ ਸਾਰੀਆਂ ਗੱਲਾਂ 'ਚ ਇੱਕ ਗੱਲ ਥੋੜੀ ਜਿਹੀ ਕੱਲ ਸ਼ਾਇਦ ਕਰਾਂਗਾ ਉਹ ਹੈ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੇ ਵਿੱਚ ਹਿਊਮਰ ਦਾ ਰੋਲ। ਉਹ ਅਸਲ 'ਚ ਮੈਂ ਨੋਟ ਇਸ ਲਈ ਵੀ ਕਰ ਲਿਆ ਕਿਉਂਕਿ ਉਹ ਸਾਹਮਣੇ ਭਾਈ ਬਲਦੀਪ ਸਿੰਘ ਇਜ਼ ਵਾਚਿੰਗ ਲਿਖਿਆ ਹੋਇਆ ਸੀ। ਤੇ ਉਪਕੋ ਕਿ ਇੱਕ ਪਾਸੇ ਤੇ ਭਾਈ ਬਲਦੀਪ ਸਿੰਘ ਮਹਾਨ ਸਿੰਗਰ ਹੈ, ਜੋੜੀ ਵਾਦਖ ਹੈ, ਬੜਾ ਕੁਝ ਕਰਦਾ ਹੈ ਪਰ ਉਹ ਹਿਊਮਰ ਦੀ ਜਿਹੜੀ ਇੰਪੋਰਟੈਂਸ ਹੈ ਉਹ ਮੇਰੀ ਤੇ ਉਹਦੀ ਬੜੀ ਸਾਂਝ ਬੰਡੀ ਕਿਉਂਕਿ ਮੇਰੇ ਲਈ ਹਿਊਮਰ ਐਬਸੋਲੂਟ ਲਾਈਫ ਦਾ ਜਿਸ ਨੂੰ ਕਿਹਾ ਬ੍ਰੈਥ ਹੈ, ਸਾਹ ਹੈ। ਤੇ ਹਿਊਮਰ ਦੇ ਵਿੱਚ ਕੋਈ ਮੇਰੇ ਕੋਲ ਲਿਮਟ ਨਹੀਂ ਹੈਗੀ ਕਿ ਕੋਈ ਐਸਾ ਸਬਜੈਕਟ ਨਹੀਂ ਦੁਨੀਆ ਦਾ ਜਿਹਦੇ ਵਿੱਚ ਹਿਊਮਰ ਨਹੀਂ ਕੀਤਾ ਜਾ ਸਕਦਾ ਪਰ ਅੱਜ ਕੱਲ ਦਾ ਮਾਹੌਲ ਕੁਝ ਹੈ ਨਹੀਂ ਕਿ ਤੁਸੀਂ ਹਿਊਮਰ ਕਰ ਲੋ ਸ਼ਾਇਦ ਇਹਦੇ ਬਾਰੇ ਕੱਲ ਗੱਲ ਕਰਾਂਗੇ ਠੀਕ ਹੈ ਅੱਜ ਅਸੀਂ ਜੇ ਇੱਥੇ ਤੱਕ ਹੀ ਗੱਲ ਪਹੁੰਚਾਈਏ ਕਿ ਟਰਸਟ ਤੇ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੇ ਲਈ ਐਬਸੋਲਿਊਟ ਨੈਸੈਸਰੀ ਤੇ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਲੈਣ ਦੇਣ ਦਾ ਸੰਬੰਧ ਹੈ ਸਿਰਫ ਲੈਣ ਲੈਣ ਦਾ ਨਹੀਂ ਤੇ ਸਿਰਫ ਦੇਣ ਦੇਣ ਦਾ ਵੀ ਨਹੀਂ ਠੀਕ ਹੈ ਜੀ ਅੱਜ ਕੀ ਮੁਲਾਕਾਤ ਬਸ ਇਤਨੀ